ਹਾਂਜੀ ਦੋਸਤੋ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਭੱਠੇ ਵਾਲੇ ਤੇ। ਸੋ ਦੋਸਤੋ, ਹੁਣ ਅਸੀਂ ਜਾ ਰਹੇ ਹਾਂ ਜੀ ਅਗੋੜਾ ਫੋਰਟ ਦੇ ਵੱਲ, ਜੋ ਕਿ ਬਿਲਕੁਲ ਸਮੁੰਦਰੀ ਤੱਟ ਦੇ ਉੱਤੇ ਬਣਿਆ ਹੋਇਆ ਹੈ, ਜੋ ਕਿ 17th ਸੈਂਚਰੀ ਦੇ ਵਿੱਚ ਪੁਰਤਗੀਜ਼ ਨੇ ਬਣਵਾਇਆ ਸੀ, ਔਰ ਉਹ ਇਸ ਫੋਰਟ ਦੀ ਮਦਦ ਦੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਮਰਾਠਿਆਂ ਤੇ ਅਤੇ ਹੋਰ ਬਾਹਰਲੀਆਂ ਤਾਕਤਾਂ ਜਿਨ੍ਹਾਂ ਤੋਂ ਉਹਨਾਂ ਨੂੰ ਖਤਰਾ ਸੀ, ਉਹ ਨਜ਼ਰ ਰੱਖਦੇ ਹੁੰਦੇ ਸੀ। ਉਹਨਾਂ ਨੂੰ ਉਹਨਾਂ ਦੇ ਅਟੈਕਸ ਤੋਂ ਬਚਣ ਲਈ ਪੂਰੀ ਨਿਗਰਾਨੀ ਕੀਤੀ ਜਾਂਦੀ ਸੀ। ਸੋ ਇੱਕ ਤਾਂ ਜੀ ਸਾਡੇ ਨਾਲ ਇੱਕ ਇਹ ਵੀ ਟ੍ਰੈਜਡੀ ਹੋ ਗਈ ਕਿ ਸਾਡਾ ਮਾਈਕ ਉਸ ਟਾਈਮ ਕਿਸੇ ਤਰੀਕੇ ਨਾਲ ਪਤਾ ਨਹੀਂ ਬੰਦ ਰਹਿ ਗਿਆ, ਜੋ ਕਿ ਸਾਨੂੰ ਪਤਾ ਨਹੀਂ ਲੱਗਿਆ, ਔਰ ਇਸ ਕਰਕੇ ਅਸੀਂ ਹੁਣ ਤੁਹਾਨੂੰ ਦੁਬਾਰਾ ਵਾਇਸ ਓਵਰ ਕਰਕੇ ਥੋੜ੍ਹੀ ਜਿਹੀ ਜਾਣਕਾਰੀ ਦਿੰਦੇ ਹੋਏ। ਸੋ ਇਹ ਮਿੱਤਰੋ, ਅਸੀਂ ਪਹੁੰਚ ਗਏ ਸੀ ਇੱਥੇ ਜੀ ਅਗੋੜਾ ਫੋਰਟ। ਸੋ ਇੱਥੇ ਪਹਿਲਾਂ ਲੈਣੀ ਪਈ ਜੀ ਸਾਨੂੰ ਟਿਕਟ। ਟਿਕਟ ਜੀ ਇੰਡੀਅਨਸ ਵਾਸਤੇ ਤਾਂ ਸੀਗੀ 25 rupees ਪਰ ਪਰਸਨ, 25 rupees, ਬਟ ਫੋਰੀਅਨ ਵਾਸਤੇ ਇਹ ਥੋੜ੍ਹੀ ਜਿਹੀ ਮਹਿੰਗੀ ਸੀਗੀ, ਜੋ ਕਿ ਮਤਲਬ ਇੰਡੀਅਨ ਨਹੀਂ ਹੈਗੇ ਉਹਨਾਂ ਵਾਸਤੇ ਥੋੜ੍ਹੀ ਮਹਿੰਗੀ ਸੀ ਇਹ ਟਿਕਟ। ਸੋ ਇੰਡੀਅਨਸ ਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਰਿਆਇਤ ਦਿੱਤੀ ਗਈ ਹੈ। ਸੋ ਟਿਕਟ ਲੈਣ ਤੋਂ ਬਾਅਦ ਅਸੀਂ ਕਿਲ੍ਹੇ ਵੱਲ ਨੂੰ ਵੱਧਦੇ ਹੋਏ ਜੀ। ਅਸੀਂ ਸੋਚਿਆ ਸੀ ਕਿ ਕਿਉਂਕਿ ਬਾਰਿਸ਼ ਹੋ ਰਹੀ ਆ, ਮੀਂਹ ਪੈ ਰਿਹਾ ਆ, ਅਤੇ ਘੱਟ ਹੋਊਗਾ ਕਰਾਊਡ, ਲੇਕਿਨ ਕਰਾਊਡ ਬਹੁਤ ਸੀ। ਔਰ ਤੁਹਾਨੂੰ ਇੱਥੇ ਹੀ ਦੱਸ ਦਈਏ ਕਿ ਦੋਸਤੋ, ਇਹ ਕਿਲ੍ਹਾ ਨਾ ਕਾਫੀ ਜ਼ਿਆਦਾ ਮਤਲਬ ਇੱਕ ਇਹਦੀ ਹਾਲਤ ਜਿਹੜੀ ਬਹੁਤ ਵਧੀਆ ਆ, ਇਹ ਜ਼ਿਆਦਾ ਡੈਮੇਜ ਨਹੀਂ ਸੀ, ਬਿਲਕੁਲ ਸਹੀ ਸੀਗਾ ਬਣਿਆ ਹੋਇਆ, ਵਧੀਆ ਬਣਿਆ ਹੋਇਆ। ਔਰ ਸ਼ਾਇਦ ਅਗਰ ਥੋੜ੍ਹੀ ਜਿਹੀ ਗਰਮੀ ਦੇ ਵਿੱਚ ਇੱਥੇ ਆਓ ਤਾਂ ਤੁਹਾਨੂੰ ਘੁੰਮਣਾ ਔਖਾ ਲੱਗੇ, ਕਿਉਂਕਿ ਗਰਮੀ ਬਹੁਤ ਹੋ ਜਾਂਦੀ, ਲੇਕਿਨ ਵੈਦਰ ਕਿਉਂਕਿ ਬਹੁਤ ਵਧੀਆ ਸੀ, ਸੋ ਸਾਨੂੰ ਜ਼ਿਆਦਾ ਮੁਸ਼ਕਿਲ ਨਹੀਂ ਆਈ। ਸੋ ਇਹ ਹੈ ਜੀ ਦੋਸਤੋ ਐਂਟਰੀ ਇਸ ਕਿਲ੍ਹੇ ਦੀ, ਔਰ ਇਹਦੇ ਸਾਈਡਾਂ 'ਤੇ ਜਿਹੜਾ ਖਾਲੀ ਜਗ੍ਹਾ ਤੁਹਾਨੂੰ ਦਿਖ ਰਹੀ ਹੈ ਜੀ, ਇਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਟਾਈਮ ਪਾਣੀ, ਔਰ ਉਹਦੇ ਵਿੱਚ ਕ੍ਰੋਕੋਡਾਇਲ ਵਗੈਰਾ, ਮਗਰਮੱਛ ਵਗੈਰਾ ਸਿਕਿਉਰਿਟੀ ਰੀਜ਼ਨ ਲਈ ਛੱਡੇ ਜਾਂਦੇ ਸੀ। ਸੋ ਇੱਥੇ ਅਸੀਂ ਜੀ ਕਰਵਾਈ ਸੀ ਆਪਣੀ ਟਿਕਟ ਚੈੱਕ, ਜੋ ਕਿ ਆਲਮੋਸਟ ਸਾਡੇ ਕੋਲੋਂ ਗਵਾਚ ਹੀ ਗਈ ਸੀ, ਸਾਡੇ ਕੋਲ ਹੈ ਹੀ ਨਹੀਂ ਸੀ। 5-10 ਮਿੰਟ ਅਸੀਂ ਉਹਨਾਂ ਨੂੰ ਖੱਜਲ ਕੀਤਾ ਕਿ ਸਾਡੀ ਟਿਕਟ ਡਿੱਗ ਗਈ ਹੈ, ਜੇ ਉਹ ਲਾਸਟ ਜਿਹਨੂੰ ਤਰਸ ਆ ਗਿਆ, ਉਹ ਕਹਿੰਦਾ ਜਾਓ ਤੁਸੀਂ, ਕੋਈ ਗੱਲ ਨਹੀਂ, ਚੱਲ ਜਾਓ। ਉਹਨੂੰ ਵੀ ਪਤਾ ਹੀ ਹੈ ਜੀ 50 rupees ਟਿਕਟ ਲੈ ਕੇ ਆਏ ਹੁਣੇ। ਸੋ ਇਹ ਜੀ ਐਂਟਰੀ ਹੈ ਇਸ ਕਿਲ੍ਹੇ ਦੇ ਵਿੱਚ। ਕੁਛ ਜ਼ਿਆਦਾ ਦੇਖਣ ਨੂੰ ਨਹੀਂ ਹੈਗਾ, ਸਿਰਫ ਇੱਕ ਜਿੱਦਾਂ ਕਹਿ ਲਓ ਕਿ ਤੁਸੀਂ ਉਸ ਟਾਈਮ ਦੀ ਜਿਹੜੀ ਤੁਸੀਂ ਦੇਖ ਸਕਦੇ ਆ ਕਾਰੀਗਰੀ, ਇਸ ਚੀਜ਼ 'ਚ ਦੇਖ ਸਕਦੇ ਹਾਂ ਜੀ ਕਿ ਕਿੰਨਾ ਕਿੰਨਾ ਮਜ਼ਬੂਤੀ ਨਾਲ ਬਿਲਡ ਕੀਤਾ ਗਿਆ ਆ, ਆਰਕੀਟੈਕਚਰ ਦੇਖ ਸਕਦੇ ਹਾਂ ਉਸ ਵੇਲਿਆਂ ਦਾ। ਆਹ ਕੁਛ ਫੋਟੋਜ਼ ਜਿਹੜੀਆਂ ਉਹਨਾਂ ਨੇ ਇਹਦੇ ਨਾਲ ਰਿਲੇਟਡ ਲਗਾਈਆਂ ਹੋਈਆਂ ਅੰਦਰ, ਜੋ ਕਿ ਹੋਰ ਪੁਰਤਗੀਜ਼ ਵੱਲੋਂ ਤਿਆਰ ਕੀਤੀਆਂ ਬਿਲਡਿੰਗਸ ਨੇ ਗੋਆ ਦੇ ਵਿੱਚ। ਸੋ ਬੇਸਿਕਲੀ ਜਿਹੜਾ ਇਹ ਕਿਲ੍ਹਾ ਹੈ ਜੀ, ਇਹਦੇ ਵਿੱਚ ਕੁਛ ਇੱਦਾਂ ਦਾ ਨਹੀਂ ਹੈਗਾ ਕਿ ਇਹ 'ਚ ਰਾਜਾ ਰਹਿੰਦਾ ਸੀ, ਇਹ 'ਚ ਰਾਣੀ ਰਹਿੰਦੀ ਸੀ। ਇਹਦਾ ਜਿਹੜਾ ਮੇਨ ਮਕਸਦ ਸੀ ਉਹ ਸਿਰਫ ਅਤੇ ਸਿਰਫ ਇੱਕ ਵਾਚਮੈਨ ਦਾ ਸੀ, ਕਿ ਜਿਹੜਾ ਇੱਥੋਂ ਨਿਗਰਾਨੀ ਰੱਖੀ ਜਾਂਦੀ ਸੀ ਸੀ ਸਾਈਡ 'ਤੇ, ਕਿ ਜਿਹੜਾ ਸਮੁੰਦਰ ਰਸਤੇ ਦੇ ਵੱਲੋਂ ਕੋਈ ਵੀ ਬਾਹਰਲੀਆਂ ਤਾਕਤਾਂ ਜਾਂ ਫਿਰ ਸਪੈਸ਼ਲੀ, ਕਿਉਂਕਿ ਉਦੋਂ ਪੁਰਤਗੀਜ਼ ਨੂੰ ਜ਼ਿਆਦਾ ਖਤਰਾ ਮਰਾਠਿਆਂ ਤੋਂ ਸੀ, ਕਿ ਮਰਾਠੀ ਤਾਕਤਾਂ ਜੋ ਆ ਕਿ ਉਹ ਇਹਨਾਂ 'ਤੇ ਅਟੈਕ ਤਾਂ ਨਹੀਂ ਕਰ ਰਹੀਆਂ ਸਮੁੰਦਰੀ ਰਸਤੇ ਤੋਂ। ਸੋ ਮੇਨ ਇਹਦਾ ਰੀਜ਼ਨ ਬਣਾਉਣ ਦਾ, ਬਿਲਡ ਕਰਨ ਦਾ ਇਹਨੂੰ ਇਹੀ ਸੀ। ਬਾਕੀ ਇਸ ਦੇ ਥੱਲੇ ਬਹੁਤ ਸਾਰੀਆਂ ਗੁਫਾਵਾਂ ਬਣੀਆਂ ਹੋਈਆਂ, ਅੰਦਰੋਂ ਅੰਦਰੂਨੀ ਰਸਤੇ ਬਣੇ ਹੋਏ ਆ, ਜੋ ਤੁਸੀਂ ਆ ਦੇਖ ਰਹੇ ਹੋ ਉੱਚੀ ਜਗ੍ਹਾ, ਇਹਦੇ ਥੱਲੇ ਪੂਰਾ ਇੱਕ ਜਿੱਦਾਂ ਕਹਿ ਲਓ ਕਿ ਜਾਲ ਬਣਿਆ ਹੋਇਆ ਰਸਤਿਆਂ ਦਾ, ਬਟ ਉਹਨਾਂ ਨੂੰ ਬੰਦ ਕੀਤਾ ਗਿਆ ਆ, ਸਾਨੂੰ ਉਹਨਾਂ ਨੂੰ ਦੇਖਣ ਦੀ ਅਨੁਮਤੀ ਨਹੀਂ ਹੈਗੀ। ਸੋ ਅਸੀਂ ਉਹਨਾਂ ਨੂੰ ਨਹੀਂ ਦੇਖ ਸਕਦੇ, ਉਹ ਸਿੱਧੇ ਰਸਤੇ ਸਮੁੰਦਰ ਦੇ ਵਿੱਚ ਹੀ ਜਾ ਕੇ ਨਿਕਲਦੇ ਆ, ਕਿ ਜਿੱਥੋਂ ਸ਼ਾਇਦ ਫਿਰ ਉਹਨਾਂ ਨੇ ਅੰਡਰਗਰਾਊਂਡ ਨਿਕਲਣਾ ਹੁੰਦਾ ਸੀ ਤਾਂ ਉਹ ਨਿਕਲ ਜਾਂਦੇ ਸੀ। ਅਤੇ ਬਾਕੀ ਅਸੀਂ ਇਹਦੇ ਵਿੱਚ, ਸਾਨੂੰ ਕੋਈ 1 ਘੰਟਾ ਲੱਗਾ ਇਹਨੂੰ ਪੂਰਾ ਘੁੰਮਣ ਨੂੰ, ਬਾਕੀ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਹਾਂ, ਤੁਸੀਂ ਦੇਖੋ, ਇੰਜੋਏ ਕਰੋ। ਵਧੀਆ ਲੱਗੇ ਤਾਂ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਆ ਕਰੋ।
ਸੋ ਦੋਸਤੋ ਗੋੜਾ ਫੋਰਟ ਘੁੰਮਣ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਸੀ ਵਾਪਸ ਆਪਣੇ ਹੋਟਲ, ਕਿਉਂਕਿ ਨੈਕਸਟ ਮਾਰਨਿੰਗ ਅਸੀਂ 4 ਵਜੇ ਵਾਪਸੀ ਚਾਲੇ ਪਾਉਣੇ ਸੀਗੇ। ਸੋ ਅਸੀਂ ਇਸੇ ਕਰਕੇ ਥੋੜ੍ਹਾ ਜਿਹਾ ਟਾਈਮ ਨਾਲ ਹੋਟਲ ਵਾਪਸ ਆ ਗਏ ਸੀਗੇ। ਅਸੀਂ ਜਾ ਕੇ ਆਪਣੀ ਜੋ ਵੀ ਪੈਕਿੰਗ ਵਗੈਰਾ ਆ, ਕਿਉਂਕਿ ਅਸੀਂ ਕਾਫੀ ਸਮਾਨ ਗੋਆ ਤੋਂ ਵੀ ਬਾਏ ਕੀਤਾ ਸੀ ਔਰ ਸਾਡੀ ਪੂਰੀ ਦੀ ਪੂਰੀ ਪੈਕਿੰਗ ਕਰਨ ਵਾਲੀ ਸੀ। ਅਸੀਂ ਸੋਚਿਆ ਕਿ ਅਸੀਂ ਟਾਈਮ ਨਾਲ ਜਾ ਕੇ ਆਪਣੀ ਪੈਕਿੰਗ ਕਰ ਲਈਏ ਔਰ ਟਾਈਮ ਦੇ ਨਾਲ ਡਿਨਰ ਕਰਕੇ ਸੋ ਜਾਈਏ, ਕਿਉਂਕਿ ਅਸੀਂ ਨੈਕਸਟ ਮਾਰਨਿੰਗ ਆਈ ਥਿੰਕ 3-3:30 ਵਜੇ ਨਿਕਲ ਗਏ ਸੀ ਜੀ ਉੱਥੋਂ। ਸੋ ਦੋਸਤੋ ਇੱਥੇ ਹੀ ਸਾਡਾ ਗੋਆ ਦਾ ਟੂਰ ਖਤਮ ਹੁੰਦਾ ਆ। ਬਾਕੀ ਕੁਝ ਵਾਪਸੀ ਦੀਆਂ ਜੋ ਵੀ ਵੀਡੀਓਜ਼ ਹੈ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ, ਬਟ ਸਾਡਾ ਗੋਆ ਦਾ ਟੂਰ ਇੱਥੇ ਹੀ ਖਤਮ ਹੁੰਦਾ ਆ। ਹੋਪ ਕਿ ਤੁਸੀਂ ਬਹੁਤ ਲਾਈਕ ਕੀਤਾ ਹੋਊਗਾ, ਅਗਰ ਕੁਛ ਕਮੀਆਂ ਹੋ ਗਈਆਂ ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ ਜੀ। ਧੰਨਵਾਦ।